ਅੱਜ ਸਾਡੇ ਤੇ ਅੱਲਾ ਵੀ ਖੁਸ਼ ਹੋਇਆ। ਕਿਉਂਕਿ ਉਹ ਸਮਾਂ ਮਿਲਿਆ ਸਾਨੂੰ ਅੱਜ ਜੋ ਧੰਨ ਗੁਰੂ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਜੋ ਗੁਰੂ ਸਾਹਿਬ ਨੇ ਉਸ ਵੇਲੇ ਸਾਈ ਮੀਆਂ ਮੀਰ ਜੀ ਤੋਂ ਜਿਸ ਵੇਲੇ ਨੀਂਹ ਰੱਖ ਰਹੇ ਹੈ ਨਾ, ਅਤੇ ਸਾਈ ਜੀ ਮੈਨੂੰ ਕਹਿੰਦੇ ਕਿ ਬਾਬਾ ਜੀ ਆਓ, ਅਤੇ ਮੈਂ ਕਿਹਾ ਮੈਨੂੰ ਤਾਂ ਉਹੀ ਸਮਾਂ ਨਜ਼ਰ ਆ ਰਿਹਾ ਕਿ ਜੋ ਗੁਰੂ ਸਾਹਿਬ ਨੇ ਉਸ ਵੇਲੇ ਕੌਤਕ ਕੀਤਾ ਸੀ, ਅੱਜ ਵੀ ਉਹ ਗੁਰੂ ਸਾਹਿਬ ਤੁਹਾਡੇ ਕੋਲ ਕੌਤਕ ਕਰਾ ਰਹੇ। ਬਹੁਤ ਖੁਸ਼ੀਆਂ ਭਰਿਆ। ਸੋ ਇਸ ਨਗਰ ਨੂੰ ਜਿੱਥੇ ਵਧਾਈ ਦਿੰਦੇ ਹਾਂ, ਉਸ ਇਲਾਕੇ ਨੂੰ ਵਧਾਈ ਦਿੰਦੇ ਹਾਂ, ਆਏ ਮਹਾਂਪੁਰਸ਼ਾਂ ਨੂੰ, ਸਾਰੇ ਹੀ ਧਰਮਾਂ ਦੇ ਸੰਤ ਸਮਾਜ ਨੂੰ ਵੀ ਨਾਲ ਵਧਾਈ ਦਿੰਦੇ ਹਾਂ ਕਿ ਜਿਨ੍ਹਾਂ ਨੇ ਸਾਰਾ ਕੁਝ ਸਾਡੇ ਤੋਂ ਪਹਿਲਾਂ ਬਾਬਾ ਜੀ ਕੇਵਲ ਸਿੰਘ ਜੀ ਨੇ, ਇਮਾਮ ਸਾਹਿਬ ਨੇ, ਜਾਂ ਡਾਕਟਰ ਲਖਵੀਰ ਸਿੰਘ ਨੇ ਬੜਾ ਵਿਸਤਾਰ ਨਾਲ ਦੱਸਤਾ, ਅੱਜ ਸਾਡੇ 'ਤੇ ਅੱਲਾ ਵੀ ਖੁਸ਼ ਹੋਇਆ। ਕਿਉਂਕਿ ਉਹ ਸਮਾਂ ਮਿਲਿਆ ਸਾਨੂੰ ਅੱਜ ਜੋ ਧੰਨ ਗੁਰੂ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਜੋ ਗੁਰੂ ਸਾਹਿਬ ਨੇ ਉਸ ਵੇਲੇ ਸਾਈ ਮੀਆਂ ਮੀਰ ਜੀ ਤੋਂ ਜਿਸ ਵੇਲੇ ਨੀਂਹ ਰੱਖ ਰਹੇ ਹੈ ਨਾ, ਅਤੇ ਸਾਈ ਜੀ ਮੈਨੂੰ ਕਹਿੰਦੇ ਕਿ ਬਾਬਾ ਜੀ ਆਓ, ਅਤੇ ਮੈਂ ਕਿਹਾ ਮੈਨੂੰ ਤਾਂ ਉਹੀ ਸਮਾਂ ਨਜ਼ਰ ਆ ਰਿਹਾ ਕਿ ਜੋ ਗੁਰੂ ਸਾਹਿਬ ਨੇ ਉਸ ਵੇਲੇ ਕੌਤਕ ਕੀਤਾ ਸੀ, ਅੱਜ ਵੀ ਉਹ ਗੁਰੂ ਸਾਹਿਬ ਤੁਹਾਡੇ ਕੋਲ ਕੌਤਕ ਕਰਾ ਰਹੇ। ਬੜੀ ਮੈਨੂੰ ਖੁਸ਼ੀ ਅਤੇ ਬੜਾ ਇੱਥੇ ਆਉਣ 'ਤੇ ਮਾਣ ਵੀ ਮਿਲਿਆ ਕਿ ਗੁਰੂ ਸਾਹਿਬ ਨੇ ਐਡਾ ਚਮਤਕਾਰ ਕੀਤਾ। ਇਹ ਸਾਰਿਆਂ 'ਤੇ ਗੁਰੂ ਸਾਹਿਬ ਕਿਰਪਾ ਕਰਨ। ਜਿਵੇਂ ਕਿ ਸਾਈ ਜੀ ਨੇ ਪਹਿਲਾਂ ਬੜੇ ਵਿਸਤਾਰ ਨਾਲ ਦੱਸਿਆ ਹੈ ਕਿ ਧਰਮ ਦੀ ਜਿਹੜੀ ਗੱਲ ਹੈ, ਗੁਰੂ ਸਾਹਿਬ ਕਹਿੰਦੇ ਜਪ ਤਪ ਸੰਜਮ ਧਰਮ ਨਹੀਂ ਕਮਾਇਆ, ਸੇਵਾ ਸਾਧ ਨਹੀਂ ਜਾਣਾ ਹਰਾਇਆ। ਆਪਾਂ ਜਪ ਵੀ ਕਰਨਾ ਅਤੇ ਤਪ ਵੀ ਕਰਨਾ ਅਤੇ ਸੰਜਮ 'ਚ ਵੀ ਰਹਿਣਾ। ਸੋ ਗੁਰਮੁਖ ਪਿਆਰਿਓ, ਬੜੇ ਵਿਸਤਾਰ ਨਾਲ ਸਾਰੇ ਹੀ ਧੰਤਾਂ ਦੇ ਯੋਗ, ਸਾਰਿਆਂ ਨੂੰ ਵਧਾਈ ਹੈ ਦਾਸ ਵੱਲੋਂ, ਦਲ ਪੰਥ ਮਿਸਲ ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਵੱਲੋਂ, ਅਤੇ ਅੰਨਦਾਤਾ ਕਿਸਾਨ ਯੂਨੀਅਨ ਦੇ ਵੀ ਦਾਸ, ਆਲ ਇੰਡੀਆ ਦਾ ਜੋ ਮੁੱਖ ਬੁਲਾਰਾ, ਉਹ ਦੋਨਾਂ ਜਥੇਬੰਦੀਆਂ ਵੱਲੋਂ ਆਪ ਦਾਸ ਸਾਰਿਆਂ ਨੂੰ ਵਧਾਈ ਦਿੰਦਾ। ਗੁਰੂ ਸਾਹਿਬ ਸਾਹਿਬ 'ਤੇ ਮਿਹਰ ਭਰੇ ਹੱਥ ਰੱਖਣ, ਚੜ੍ਹਦੀ ਕਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਖੁਸ਼ੀਆਂ ਭਰਿਆ। ਸੋ ਇਸ ਨਗਰ ਨੂੰ ਜਿੱਥੇ ਵਧਾਈ ਦਿੰਦੇ ਹਾਂ, ਉਸ ਇਲਾਕੇ ਨੂੰ ਵਧਾਈ ਦਿੰਦੇ ਹਾਂ, ਆਏ ਮਹਾਂਪੁਰਸ਼ਾਂ ਨੂੰ, ਸਾਰੇ ਹੀ ਧਰਮਾਂ ਦੇ ਸੰਤ ਸਮਾਜ ਨੂੰ ਵੀ ਨਾਲ ਵਧਾਈ ਦਿੰਦੇ ਹਾਂ ਕਿ ਜਿਨ੍ਹਾਂ ਨੇ ਸਾਰਾ ਕੁਝ ਸਾਡੇ ਤੋਂ ਪਹਿਲਾਂ ਬਾਬਾ ਜੀ ਕੇਵਲ ਸਿੰਘ ਜੀ ਨੇ, ਇਮਾਮ ਸਾਹਿਬ ਨੇ, ਜਾਂ ਡਾਕਟਰ ਲਖਵੀਰ ਸਿੰਘ ਨੇ ਬੜਾ ਵਿਸਤਾਰ ਨਾਲ ਦੱਸਤਾ, ਅੱਜ ਸਾਡੇ 'ਤੇ ਅੱਲਾ ਵੀ ਖੁਸ਼ ਹੋਇਆ। ਕਿਉਂਕਿ ਉਹ ਸਮਾਂ ਮਿਲਿਆ ਸਾਨੂੰ ਅੱਜ ਜੋ ਧੰਨ ਗੁਰੂ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਜੋ ਗੁਰੂ ਸਾਹਿਬ ਨੇ ਉਸ ਵੇਲੇ ਸਾਈ ਮੀਆਂ ਮੀਰ ਜੀ ਤੋਂ ਜਿਸ ਵੇਲੇ ਨੀਂਹ ਰੱਖ ਰਹੇ ਹੈ ਨਾ, ਅਤੇ ਸਾਈ ਜੀ ਮੈਨੂੰ ਕਹਿੰਦੇ ਕਿ ਬਾਬਾ ਜੀ ਆਓ, ਅਤੇ ਮੈਂ ਕਿਹਾ ਮੈਨੂੰ ਤਾਂ ਉਹੀ ਸਮਾਂ ਨਜ਼ਰ ਆ ਰਿਹਾ ਕਿ ਜੋ ਗੁਰੂ ਸਾਹਿਬ ਨੇ ਉਸ ਵੇਲੇ ਕੌਤਕ ਕੀਤਾ ਸੀ, ਅੱਜ ਵੀ ਉਹ ਗੁਰੂ ਸਾਹਿਬ ਤੁਹਾਡੇ ਕੋਲ ਕੌਤਕ ਕਰਾ ਰਹੇ। ਬੜੀ ਮੈਨੂੰ ਖੁਸ਼ੀ ਅਤੇ ਬੜਾ ਇੱਥੇ ਆਉਣ 'ਤੇ ਮਾਣ ਵੀ ਮਿਲਿਆ ਕਿ ਗੁਰੂ ਸਾਹਿਬ ਨੇ ਐਡਾ ਚਮਤਕਾਰ ਕੀਤਾ। ਇਹ ਸਾਰਿਆਂ 'ਤੇ ਗੁਰੂ ਸਾਹਿਬ ਕਿਰਪਾ ਕਰਨ। ਜਿਵੇਂ ਕਿ ਸਾਈ ਜੀ ਨੇ ਪਹਿਲਾਂ ਬੜੇ ਵਿਸਤਾਰ ਨਾਲ ਦੱਸਿਆ ਹੈ ਕਿ ਧਰਮ ਦੀ ਜਿਹੜੀ ਗੱਲ ਹੈ, ਗੁਰੂ ਸਾਹਿਬ ਕਹਿੰਦੇ ਜਪ ਤਪ ਸੰਜਮ ਧਰਮ ਨਹੀਂ ਕਮਾਇਆ, ਸੇਵਾ ਸਾਧ ਨਹੀਂ ਜਾਣਾ ਹਰਾਇਆ। ਆਪਾਂ ਜਪ ਵੀ ਕਰਨਾ ਅਤੇ ਤਪ ਵੀ ਕਰਨਾ ਅਤੇ ਸੰਜਮ 'ਚ ਵੀ ਰਹਿਣਾ। ਸੋ ਗੁਰਮੁਖ ਪਿਆਰਿਓ, ਬੜੇ ਵਿਸਤਾਰ ਨਾਲ ਸਾਰੇ ਹੀ ਧੰਤਾਂ ਦੇ ਯੋਗ, ਸਾਰਿਆਂ ਨੂੰ ਵਧਾਈ ਹੈ ਦਾਸ ਵੱਲੋਂ, ਦਲ ਪੰਥ ਮਿਸਲ ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਵੱਲੋਂ, ਅਤੇ ਅੰਨਦਾਤਾ ਕਿਸਾਨ ਯੂਨੀਅਨ ਦੇ ਵੀ ਦਾਸ, ਆਲ ਇੰਡੀਆ ਦਾ ਜੋ ਮੁੱਖ ਬੁਲਾਰਾ, ਉਹ ਦੋਨਾਂ ਜਥੇਬੰਦੀਆਂ ਵੱਲੋਂ ਆਪ ਦਾਸ ਸਾਰਿਆਂ ਨੂੰ ਵਧਾਈ ਦਿੰਦਾ। ਗੁਰੂ ਸਾਹਿਬ ਸਾਹਿਬ 'ਤੇ ਮਿਹਰ ਭਰੇ ਹੱਥ ਰੱਖਣ, ਚੜ੍ਹਦੀ ਕਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।